ਕਿ ਤੁਹਾਡਾ ਗੁਰੂ ਕੌਣ ਆ? ਇਹਨਾਂ ਲਫ਼ਜ਼ ਕਹਿਣਾ ਸੀ ਤੇ ਮਹਾਰਾਜ ਚੁੱਪ ਹੋ ਗਏ। ਗੁਰੂ ਤਾਂ ਕੋਈ ਹੈ ਹੀ ਨਹੀਂ ਸੀ ਧਾਰਿਆ, ਹੁਣ ਗੁਰੂ ਤਾਂ ਕੋਈ ਹੈ ਨਹੀਂ ਸੀ, ਕਹਿੰਦੇ ਸਾਡਾ ਗੁਰੂ ਤਾਂ ਅਜੇ ਕੋਈ ਨਹੀਂ। ਹਾਂ ਤੁਸੀਂ ਨਗੁਰੇ ਹੋ, ਉੱਥੇ ਲਾਲ ਪੀਲਾ ਹੋ ਕੇ ਰੋਟੀ ਛੱਡ ਕੇ ਨੱਠ ਗਿਆ ਤੇਰੇ ਨਗੁਰੇ ਦੇ ਘਰ, ਤੇ ਮੈਂ ਕੁਛ ਨਹੀਂ ਖਾਣਾ। ਇੰਨਾ ਲਫ਼ਜ਼ ਕਹਿ ਕੇ ਲਾਲ ਪੀਲਾ ਹੋ ਕੇ ਜਿਲੇ ਚਲ ਗਿਆ। ਮਹਾਰਾਜ ਦੀ ਠੇਸ ਭੱਜੀ, ਮੇਰੇ ਨਾਲ ਗੁਰੂ ਕੋਈ ਮਿਲੇ, ਮੈਨੂੰ ਗੁਰੂ ਮਿਲੇ। ਉਹ ਜਤੀਆਂ ਦੇ, ਉਹ ਬ੍ਰਹਮਚਾਰੀਆਂ ਦਾ ਮਹਾਰਾਜ ਜ਼ਿਕਰ ਕਰ ਰਹੇ ਨੇ, ਜਿਹੜੇ ਇਹੋ ਜਿਹੇ ਅਹੰਕਾਰੀ, ਇਹ ਨਹੀਂ ਦੇਖਿਆ ਕਿ ਇਹ ਗ੍ਰਿਸਤੀ ਆ, ਨਾ ਇਹ ਵੀ ਗੁਰੂ ਆ ਤੇ ਅੱਛਾ ਪੁਰਸ਼ ਆ। ਕਹਿੰਦੇ ਤੇਰੇ ਘਰ ਦਾ ਤੇ ਮੇਰਾ ਧਰਮ ਹੀ ਖਤਮ ਹੋ ਗਿਆ, ਮੇਰੀ ਤੇ ਉਹ ਸੱਗਿਆ ਟੁੱਟ ਗਈ ਕਿ ਮੈਂ ਤੇ ਨਗੁਰੇ ਦੇ ਘਰ ਦਾ ਖਾਂਦਾ ਹੀ ਉਹ ਬ੍ਰਹਮਚਾਰੀ। ਖੈਰ ਲੰਬੀ ਕਹਾਣੀ ਆ, ਕਿਸ ਤਰ੍ਹਾਂ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਕੋਲ ਗਏ, ਕਿਸ ਤਰ੍ਹਾਂ ਆਪਣੀ ਨੂੰਹ ਦੇ ਸੁਣ ਰਹੇ ਸੀ ਬਾਣੀ ਤੇ ਹਿਰਦੇ ਚ ਤੀਰ ਵੱਜਿਆ, ਕਿਸ ਤਰ੍ਹਾਂ ਗਏ 62 ਸਾਲ ਦੀ ਉਮਰ ਚ, 12 ਸਾਲ ਗਾਗਰ ਦੀ ਸੇਵਾ ਕੀਤੀ, ਕੋਈ ਸਮਾਧੀ ਨਹੀਂ ਲਾਈ, ਗਾਗਰ ਦੀ ਸੇਵਾ ਕਰਦੇ ਨਾਲ ਨਾਮ ਜਪਦੇ ਇਸ਼ਟ ਦੇਵ ਨੂੰ ਧਿਆਨ ਦੇ। ਤੇ ਇਹ ਮਹਾਰਾਜ ਉਹਨਾਂ ਦਾ ਜ਼ਿਕਰ ਕਰਦੇ ਨੇ ਕਿ ਕਈ ਇਹੋ ਜਿਹੇ ਦੇਖੇ ਨੇ ਮੈਂ। ਸੂਰ ਸੁਰਾਧਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ। ਸੂਰ ਸੁਰਾਧਨ, ਸੂਰ ਮੈਨੇ ਸੂਰ ਮੈਂ ਬਲੀ, ਸੁਰਾਧਨ ਮੈਨੇ ਦੈਂਤ ਰਾਕਸ਼, ਜੋ ਦੇਵਤਿਆਂ ਨੂੰ, ਦੇਵਤਿਆਂ ਦੇ ਵੈਰੀ, ਦੇਵਤਿਆਂ ਨੂੰ ਮਾਰਨ ਵਾਲੇ ਉਹਨੂੰ ਸੁਰਾਧਨ ਕਿਹਾ ਜਾਂਦਾ। ਸੁਧ ਜੋ ਪਵਿੱਤਰ ਆਪਣੇ ਆਪ ਨੂੰ ਕਰਾਉਂਦੇ ਨੇ, ਵੈਸ਼ਨੋ ਮਤ ਦੇ ਪਵਿੱਤਰ ਪਈ ਨਾਈ ਜਾਣਾ, ਸੁਧਾਦਿਕ, ਸੁਧਾਦਿਕ ਦਾ ਅੰਮ੍ਰਿਤ ਪੀਣ ਵਾਲੇ ਦੇਵਤੇ, ਉਹ ਵੀ ਮਹਾਰਾਜ ਕਹਿੰਦੇ ਨੇ ਸੰਤ ਸਮੂਹ ਅਨੇਕ ਮਤੀ ਕੇ। ਇਹਨਾਂ ਤੋਂ ਇਲਾਵਾ ਅਨੇਕਾਂ ਮਤਾਂ ਦੇ, ਅਨੇਕਾਂ ਧਰਮਾਂ ਦੇ ਮੈਂ ਸੰਤ ਦੇਖ ਚੁੱਕਿਆ। ਇਹ ਮਹਾਰਾਜ ਉਹਨਾਂ ਦਾ ਜ਼ਿਕਰ ਕਰਦੇ ਨੇ ਜਿਹੜੇ ਹੋਮਿਰ, ਜਿਹੜੇ ਅਸਲੀ ਚਲੇ ਨੇ। ਉਹ ਤਾਂ ਬਈ ਕਈ ਕਿਸੇ ਧਰਮ ਦੇ ਚਲੋ, ਕਹਿੰਦੇ ਨੇ ਸੱਚੇ ਮਨ ਨਾਲ ਚਲੋ। ਸੱਚੇ ਮਨ ਨਾਲ ਜਿਹੜਾ ਚੱਲਦਾ ਆ ਕਿਸੇ ਧਰਮ ਚੱਲਦਾ ਉੱਥੇ ਪਹੁੰਚ ਜਾਂਦਾ। ਧੰਨਾ ਜੱਟ ਨੂੰ ਪਤਾ ਲੱਗਾ, ਇੱਕ ਦਿਨ ਸਹਿਸ ਵਾਏ ਆਪਣੇ ਪਿੰਡ ਦੇ ਬ੍ਰਾਹਮਣ ਦੇ ਪੰਡਿਤ ਜੀ ਦੇ ਘਰ ਗਿਆ। ਉਹ ਅੱਗੇ ਪੂਜਾ ਕਰ ਰਹੇ ਸੀ ਠਾਕਰਾਂ ਦੀ ਮੂਰਤੀਆਂ ਰੱਖ ਕੇ ਪੂਜਾ ਕਰ ਰਹੇ ਸੀ। ਉਹ ਪੂਜਾ ਕਰਕੇ ਹਟੇ ਤੇ ਧੰਨਾ ਜੱਟ ਕਹਿੰਦਾ, ਪੰਡਿਤ ਜੀ ਤੁਸੀਂ ਇਹ ਸਾਰੇ ਪੂਜ ਰਹੇ ਸੀ, ਕੀ ਕਿਉਂ ਪੂਜ ਰਹੇ ਸੀ? ਕਹਿੰਦੇ ਠਾਕਰ ਨੇ। ਇਹ ਠਾਕਰ ਕੀ ਕਰਦੇ ਨੇ? ਕਹਿੰਦੇ ਸਭ ਕੁਝ, ਜਦੋਂ ਖੁਸ਼ ਹੋ ਜਾਂਦੇ ਠਾਕਰ ਸਭ ਕੁਝ ਦਿੰਦੇ ਨੇ, ਸਭ ਕੁਝ ਕਰਦੇ ਨੇ। ਸਿੱਧਾ ਜੱਟ ਸੀ, ਹਾਂ ਸਭ ਕੁਝ ਕਰਦੇ ਨੇ। ਕਹਿੰਦੇ ਫਿਰ ਮੈਨੂੰ ਵੀ ਇੱਕ ਠਾਕਰ ਦੇ ਦਿਓ। ਉਹ ਪੰਡਿਤ ਨੂੰ ਪਹਿਲੇ ਤਾਂ ਵਿਚਾਰੇ ਨੂੰ ਪਤਾ ਨਹੀਂ ਲੱਗਿਆ ਵੀ ਕਿਉਂ ਪੁੱਛਦਾ, ਜਿਸ ਨੇ ਉਹਨੇ ਕਿਹਾ ਮੈਨੂੰ ਠਾਕਰ ਦੇ ਦਿਓ, ਉਹਨੂੰ ਪਾਲਾ ਪੈ ਗਿਆ ਕਿ ਮੂਰਤੀ ਨੂੰ ਜਾਏਗਾ, ਬੇਦ ਵੀ ਕਰੇਗਾ, ਇਹਨੂੰ ਸੰਭਾਲੀ ਜਾਣੀ ਨਹੀਂ। ਉਹ ਬੜਾ ਖੜੇ, ਤੂੰ ਨਹੀਂ ਪੂਜ ਸਕਦਾ, ਬੜਾ ਖੜਾ ਖੁੜਾ ਪੈ ਕੇ ਤੇ ਜ਼ਿਲੇ। ਮੈਂ ਤੇ ਪੰਡਿਤ ਜੀ ਠਾਕਰ ਲੈ ਕੇ ਜਾਣਾ, ਹੁਣ ਠਾਕਰ ਤੋਂ ਬਗੈਰ ਨਹੀਂ ਜਾਣਾ। ਉਹ ਹੁਣ ਪੰਡਿਤ ਜੀ ਨੇ ਖਹਿੜਾ ਛਡਾਉਣ ਵਾਸਤੇ ਇੱਕ ਅੰਦਰੋਂ ਪੰਸੇਰਾ, ਜਿਹਦੇ ਨਾਲ ਤੋਲਦਾ ਸੀ ਵੱਟਾ, ਦਰਿਆ ਤੋਂ ਵੱਟਾ ਲਿਆਂਦਾ ਹੋਇਆ ਸੀ, ਉਹਦੇ ਨਾਲ ਤੋਲਦਾ ਹੁੰਦਾ ਸੀ ਚੀਜ਼ਾਂ। ਉਹ ਉਹਨ ਕੱਪੜੇ 'ਚ ਲਪੇਟ ਕੇ ਨਾ, ਤੇ ਲਪੇਟ ਕੇ ਉਹਨੂੰ ਦਿੱਤਾ। ਕਹਿੰਦੇ ਇਹਦੇ ਅੰਦਰ ਠਾਕਰ ਨੇ ਖੋਲਣਾ ਨਹੀਂ, ਇਹਨੂੰ ਇਸ ਤਰ੍ਹਾਂ ਠਾਕਰਾਂ ਦੀ ਪੂਜਾ ਕਰਨੀ। ਉਹਦਾ ਮਤਲਬ ਸੀ ਜੇ ਖੋਲੇਗਾ ਤੇ ਵੱਟਾ ਦੇਖਿਆ ਕਹਿੰਦਾ ਇਹ ਤਾਂ ਮੂਰਤੀ ਦੇ ਦਿੱਤੀ ਨਹੀਂ ਮੈਨੂੰ। ਉਹ ਵਿਚਾਰਾ ਸਿੱਧਾ ਸੀ, ਗਿਆਨ ਹੋ ਗਿਆ ਵੀ ਮੈਂ ਖੋਲਣਾ ਨਹੀਂ, ਠਾਕਰ ਅੰਦਰ ਨੇ। ਉਹ ਲੈ ਕੇ ਬੜੀ ਛਾਤੀ ਨਾਲ ਲਾ ਕੇ ਉਸ ਨੂੰ ਠਾਕਰਾਂ ਨੂੰ ਆਪਣੇ ਘਰ ਲੈ ਗਿਆ, ਜਾ ਕੇ ਪੂਜਾ ਕਰਨ ਲੱਗ ਪਿਆ, ਫਿਰ ਰੋਟੀ ਖਵਾਉਣ ਲੱਗ ਪਿਆ। ਰੋਟੀ ਖਾਵੇ ਨਾ, ਕਹਿੰਦੇ ਰੋਟੀ ਖਾਏਗਾ ਤਾਂ ਮੈਂ ਖਾਵਾਂਗਾ। ਅਥਵਾ ਕਹਿਣ ਦਾ ਮਤਲਬ ਵੀ ਇੰਨਾ ਕਠਿਨ ਹੁਣ ਤਪ ਕੀਤਾ ਧੰਨਾ ਜਾਗਨ ਜੱਟ ਨੇ ਕਿ ਸਾਹਮਣੇ ਰੋਟੀ ਰੱਖ ਕੇ ਕਹਿੰਦੇ ਰੋਟੀ ਖਾਓ। ਜਿਸ ਤਰ੍ਹਾਂ ਨਾਮਦੇਵ ਜੀ ਇਸ ਤਰ੍ਹਾਂ ਠਾਕਰਾਂ ਦੇ ਅੱਗੇ ਦੁੱਧ ਰੱਖ ਕੇ ਕਹਿੰਦੇ ਦੁੱਧ ਪੀਓ ਮੇਰੇ ਗੋਬਿੰਦ ਰਾਏ।
दूध पियो मेरो मन पति आए, ना ही तो घर को बाप रुसाए, ना पियोगे तो मेरा घर का बाप इन मारेगा। नामदेव जी का इस तरह है ना, भोले पाए थे हिरदा शुद्ध होना चाहिदा, एवं फजूल गल है भावे किते चल पे। ओ नामदेव जी का नाना जेड़ा सी, बाप जेड़ा सी, रोज ठाकर की पूजा करता सी, उन्हों ते ठाकर मिले नहीं। एक दिन नामदेव जी की कहानी आती है कि उसने बाहर बांडे जाना सी किते प्रौन चारी, बाप ने ओ ठाकर ओ क्या पुत्र नू नामदेव नू कहा पुत्र ठाकर दुध पिया दिया कर, हुण प्यो ने समझा कि रोज देखता मैं दुध किसान पिलांदा, पता ही होना उन प्यो ने की करना कि सोने की कटोरी च ताजा दुध लियाना चो के अपना गऊ का चो के लिया के ठाकर के सामने रख के उंगल नाल उन्होंने मूह नू ला देना, मूह नू ला के फिर वह कटोरी से अपनी आरती करके लिया के दुध उतार के वरत लेना। यह रोज का काम से ठाकर असि भी प्रसाद इस तरह कराने। अच्छा जिसले ये लाता मूह नो लै गया लिया के कर, यह रोज का वह किरत सी। हूं जानते हुए क्या के तू ठाकर दुध पिया दिया करी, मैं अजे प्रौचारी गया। नामदेव जी सीधा सीधा लड़का सी, बच्चा सी, बालक सी, उसने सोने की कटोरी च दुध लिया ठाकर सामने रख के चौंकड़ी मारे कहना दूध पियो, ये शब्द आंदा महाराज दूध पियो, दूध पियो मेरे गोबिंद राय, दूध पियो मेरे मन पति आए, मेरा मैं खुश हो जाऊंगा तुम दूध पियो, ना ही तो कर को बाप रुसाए, नहीं दुध पियोगे तो मेरा पिता जो वापस आएगा मेनू कुटेगा मारेगा नाराज हो गया, दुध क्यों नहीं पिलाया। ऐसे प्रेम बिरसी जुदा लग गया, धन्य जड़ता भी इस तरह लग गया, स्वादी लाई कहते खाओगे तो खावगा, पियोगे तो पियागा। की हों उस अवस्था च प्रेम की अवस्था होंगी, वह अवस्था बयान नहीं कर सकती। प्रेम की अवस्था सुरत जी अंदर जो ठाकर बैठा हिरदे शब्द न लग गई, अंदर हिरदे बैठा उस दिन लग गई, सारा संसार पास हो गया, ठाकर प्रगट गए, रोटी भी खा ली, दुध भी पी लिया नामदेव जी का, दुध पियाए भगते कर गया, नामे हर का दर्शन उन्हों तो दर्शन पिया गया, उन्हों दर्शन हो गया नामदेव जी नू, बाप नू दर्शन नहीं होए, क्योंकि महाराज की कहंदे ने साच कहूं सुन लियो सबे, जिन प्रेम कियो तिन ही प्रभ पायो। ए महाराज दस रहे ने कि उन्हां दा जिक्र कर रहे ने, जेड़े सच्चे दिल नाल चलदे ने वो भावें किसे रस्ते चलन। हुण रामानंद जी गौड़ ब्राह्मण सन, उन्हां दी बाणी आंदी है रामानंद गौड़ ब्राह्मण उथे मंदिर जाके मूर्ति पूजा करता हुंदा सी, ठाकरां नूं पूजा करता सी, मगर अंदरों हिरदा शुद्ध थी कि मैं रब नूं मिला, मैनूं परमात्मा दर्शन होण, जदों खिच होवे तो उदों जरूर पहुंचदे। शब्द आंदा एक दिवस फल पई उमंग, कस चोआ चंदन बहु सुगंध, चंदन कस के मथे ते ला के ते मैं पूजन चाली ब्रह्म ठाए, मैं जिसले ब्रह्म नूं पूजन गया ठाकर पूजन गया ते मेरा मन चित ब्रह्म च लग गया, सो ब्रह्म बतायो घर ही माए। रामानंद गौड़ ब्रह्म जी कहंदे ने मैनूं ब्रह्म मेरे घर हिरदे च मिल गया, मेरे हिरदे च कट जाइयो रे कर लागो रंग, मेरे घर मेरे हिरदे च रंग लग गया उस परमात्मा का, भाई सच्चे मन नाल चलो किसे मजहब वाला होवे उसे पहुंच जाएगा, बाबा फरीद जी नमाजा पढ़ पढ़ के उसे पहुंच गए। सच्चे मन कबीर साहब भी इस तरह चले, अपने रविदास चमार चले, नामदेव जी चले, तुरिया पद चौथे पद कित्थे पहुंचे, बेगमपुरा शहर को नाऊं दूर दो नहीं देखा। ए महाराज ने उन्हों का जिक्र किया साधुओं का, जेडे पखंडी ने, जेडे दुनिया नू अपने मगर लाते ने, हंकारी ने, उन्हों का महाराज कहते ने सूरमे बली सुराधन बैंट सुध अपने आप नू पवित्र कराण वाले सुधादिक अमृत पीन वाले देवते, जेडे कहते ना असी अमृत कढ के पीता दुनिया नू दसदे ने,
अमृत कितों पीता हुंदा। संत समूह ने एक मत के एहो जी संत मैं अनेक मतां दे देखे ने जिहड़े हौमे दे अहंकार दे विच फिरदे ने दुनिया नूं मगर लाउण वास्ते रिद्धियां सिद्धियां जी खेलदे ने। सारे देश को देख रहे हो मत सारे देश दे सारे संसार दे मैं धर्मां दे आगूआं नूं देखिया उहनां दे चेलियां नूं देखिया पर कहिंदे कऊ कऊ ना देखिन प्राण पति के किसे एक नूं भी मैं उस परमात्मा दे प्राण पति जिहड़ा परमात्मा दे जिहड़ा प्यारा एक भी नहीं मैनूं नजर आया जिहदे अंदर खिच भी एक भी नहीं मैनूं नजर आया। महाराज कहिंदे गुरु नानक आप अकाल पुरख इस धरती से आया। अकाल पुरख गुरु नानक दी स्वरूप दे विच इस धरती से आदमी दे मनुख दे स्वरूप दे जमण आया। अकाल पुरख ने सारे प्रचार किया ठीक है। कई साधु बहुत उच्चे गए बाबा बुढ़ा जी उस वक्त बड़ी उच्ची अवस्था चले गए होर भी गए मगर अखीर तक जेडे प्रीख्या आई उहदे विच कोई नहीं टिक सकिया। कौन टिकिया एक लैणा लैणा पुरख ही टिकिया। क्यों टिकिया कि उसने संसार सारा पास हो गया और वही प्राण पति का होया वही प्यारा बन सकिया गुरु नानक का एक बड़ा बड़े गुरु नानक साहब ने प्रचार किए ते कहंदे ने कि बाला जी को गुरु अंगद साहब जी साखियां सुन रहे थे गुरु नानक सच्चे पातशाह दी साखियां सुनांदे सुनांदे बाला जी चुप हो गए ते कहन लग पे बड़े हैरान हो गए महाराज एक गल नहीं समझ लगी कि असी सारी उम्र गुरु नानक नाल रहे। मैं तो महाराज छोटी उम्र तो ही गुरु नानक नाल रहा छोटी उम्र जी पालदा ने आ फिर उन्होंने ये किया उन्होंने नाल सारी उदासियां चिरी आ श्री छड तो बाद महाराज उन्होंने सेवा भी करता रहा सारी उम्र मैं रहा। महाराज असी सारी उम्र रहे असी तो महाराज गुरु नानक नहीं थे तुसी पिछों आए साढ़े तो बहुत पिछों आए थोड़ा चिर सेवा की तुसी गुरु नानक बन गए ये की करामात की। महाराज हस पे गुरु अंगद देव जी हस पे कहिंदे बाला जी तुसी गुरु नानक नूं की समझदे सी। महाराज आई सर जी करामाती फकीर आ करामाती साधु है सारिआं नूं लवा लैंदा अगे इहदे करामातां वालियां ने क्योंकि जिथे जांदा ओह करामातियां नाल लवा लैंदा इन्ना ही समझे कहने बस वह बाला जी तुम करामाती फकीर समझा तुम उन्नी की समझ लगी उन्ने की बन गए तुम भी हूँ करामाती फकीर ही हो। कहते बाला जी सुनो असी जो गुरु नानक के चरणा च आए थे तो सानू यह पासिया कि सारा संसार गुरु नानक ने बनाया सारा सृष्टि गुरु नानक ने रची आ सारे जिया जंत गुरु नानक वस रहा सारी सृष्टि नूं दान देन वाला खवाण वाला गणान वाला सारी सृष्टि नूं नष्ट करन वाला गुरु नानक आ। असीं उस वेले समझ गए सी सारी सारा संसार गुरु नानक दी मुट्ठी विच आ मेरा करता पुरख गुरु नानक आ। मैं ते उस वेले इष्ट देव मन लिया सी सारा संसार नूं मैं खत्म कर लिया ओह खत्म करके इक नूं मन्निया ते मन्निया अपनी मतरी तोड़ दित्ती अपनी मतड़ी गुआ दी जल्द गुआ दी अपनी मतड़ी तो फिर गुरु नानक ही हो जाना सी होर हुक्म मन्निया। महाराज कहिंदे जैसा दृष्टि करे तैसा हो जावे जिसने दृष्टि होएगी गुरमुख ओह जे मन जाना। महापुरशां कोल कई चेले होंदे ने सेवक होंदे ने उहनां दे ते उहनां तों कोई विरला ही महापुरश उहनां दी हिरदे दे ज्ञान जिहड़ा उपदेश है उह तों कोई विरला ही लैंदा ना जिहड़ा उहनां दे हुक्म दे विच टल गया जिन सत सत करके मनिया बाकी कई खा के चल गए कई हंडा के चल गए कई अपनिया मथे टका के चल गए ये महाराज उन्होंने सब्द समूह अनेक मती के सारे देश को देख रहे हो मत कौ ना देखित प्राण पति के उसका प्रभु का प्यारा मैन कोई नहीं नजर आया। श्री भगवान की पाए कृपा हूं ते एक रति बने एक रति के उस परमात्मा की कृपा तो बगैर उस दी बख्शिश तो बगैर बख्शिश तां हुंदी है जे पात्र बनांगे
जे आपां अधिकारी बणांगे तां बख्शिश होई सी होएगी। एक रति बन एक रति के उदी किरपा तो बगैर परमात्मा भगवान श्री भगवान की पाए किरपा होते श्री भगवान परमात्मा दे प्यार तो बगैर किरपा तो बगैर ओ एक रति बिन एक रति के एक रति तो भी घट उन्हों का मुल आ एक रति तो भी बहुत घट मुल आ उन्हों का। ये महाराज जी मानते ने पात्र कौन बनता है पात्र बने से गुरु अंगद देव जी पहले लैना जी सन अखीर से कहते ने बाकी टेस्ट बहुत हो प्रीख्या हुई महाराज ने एक बार भयानक स्वरूप धार लिया भयानक स्वरूप धार के हाथ च कुत्का फड़ लिया डांग फड़ ली ओनू मार ओनू मार कह की हो गया अज गुरु नानक ने की हो गया सारे सारे हैरान मार मार के फिर मीह बरसाया ओले बरसाए सारे सेवक पिछे रह गए इको ही अगे वध्या कौन वध्या सी लैण उन्हूं कहिंदे डांग मार के कहिंदे नठ जा तूं ओह हुकम ही मन्निया नठ भी गए अगों जा के फिर वापस आ गए फिर क्यों आया नारे किथे जाना कोई टिकाणा ही नहीं मैनूं जाण वाला मैनूं हुण जगह ही कोई नहीं दिसदी नहीं कोई संसार मेरे लिए है ही नहीं हुण तुहाडा तुहाडे चरणी मेरा संसार है तुहाडे चरणी मेरा टिकाणा मैं जा नहीं सकदा। ते पहली परीख्या दूसरी परीख्या की कहिंदे ने अंदर मंदिर च महाराज बैठे ने गुरुद्वारे च गुरु गुरु नानक सच्चे पातशाह सेवक सारे बैठे ने ਇਹ ਬਹੁਤ ਸੂਖਮ ਪ੍ਰੀਖਿਆ ਸੀ। ਕਹਿੰਦੇ ਨੇ ਕਿ ਸਾਰਿਆਂ ਨੂੰ ਪੁੱਛਿਆ ਪਹਿਲੇ ਇੱਕ ਨੂੰ ਭੇਜਿਆ ਵੀ ਜਾ ਦੇ ਕਿੰਨੀ ਰਾਤ ਗਈ ਆ ਉਹ ਰਾਤ ਤਾਰੇ ਦੇਖਦੇ ਕਹਿਣ ਜੀ ਅੱਧੀ ਰਾਤ ਗਈ ਆ। ਮਹਾਰਾਜ ਕਹਿੰਦੇ ਨੇ ਉਹ ਪਹਿਰ ਰਾਤ ਰਹਿੰਦੀ ਆ ਜਾ ਮਹਾਰਾਜ ਨੇ ਕੁਝ ਉਹ ਵੀ ਦੱਸਿਆ ਵੀ ਇੰਨੀ ਪਹਿਰ ਰਾਤ ਰਹਿੰਦੀ ਆ ਜਾ ਕੇ ਦੇਖ ਪਹਿਰ ਰਾਤ ਹੀ ਰਹਿੰਦੀ ਆ ਉਹ ਤਾਰੇ ਦੇਖ ਕੇ ਜਾ ਕੇ ਦੇਖੇ ਤੇ ਨਹੀਂ ਮਹਾਰਾਜ ਪਹਿਰ ਰਾਤ ਨਹੀਂ ਅੱਧੀ ਰਾਤ ਦੰਦੀ ਆ ਜੇ ਅੱਧੀ ਬੀਤੀ ਆ ਨਹੀਂ ਤੈਨੂੰ ਭੁਲੇਖਾ ਲੱਗਦਾ ਨਹੀਂ ਮਹਾਰਾਜ ਤਾਰੇ ਦੱਸਦੇ ਨੇ ਅੱਗੋਂ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ ਸਲਾਮ ਹੀ ਮੱਥੇ ਵੀ ਟੇਕਨੇ ਅੱਗੋਂ ਜਵਾਬ ਵੀ ਦੇਈ ਜਾਂਦੇ ਕਹਿੰਦੇ ਸਾਰਿਆਂ ਨੂੰ ਕਰਦੇ ਗਏ ਫਿਰ ਇੱਥੇ ਤੱਕ ਬਾਬਾ ਬੁੱਢਾ ਜੀ ਦੀ ਵਾਰੀ ਆਏ ਬੁੱਢਾ ਜੀ ਵੀ ਬੜੇ ਪ੍ਰੇਮ ਨਾਲ ਸਤਿਕਾਰ ਨਾਲ ਬਾਹਰ ਗਏ ਬਾਹਰੋਂ ਦੇਖ ਕੇ ਆਏ ਬੁੱਢਿਆ ਕਿੰਨੀ ਰਾਤ ਗਈ ਆ ਪਹਿਰ ਰਾਤ ਰਹਿੰਦੀ ਹੈ ਨਹੀਂ ਮਹਾਰਾਜ ਬੜੇ ਹੱਥ ਜੋੜ ਕੇ ਬੜੇ ਪ੍ਰੇਮ ਨਾਲ ਅਦਬ ਨਾਲ ਨਹੀਂ ਮਹਾਰਾਜ ਅੱਧੀ ਰਹਿੰਦੀ ਆ ਨਹੀਂ 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 ਮਹਾਰਾਜ ਤਾਰੇ ਦੱਸਦੇ ਬੜੇ ਸਤਿਕਾਰ ਨਾਲ ਤਾਰੇ ਦੱਸਦੇ ਨੇ ਤਾਰੇ ਦੱਸਦੇ ਨੇ ਮਹਾਰਾਜ ਉਹ ਤਾਰੇ ਦੱਸਦੇ ਨੇ ਅੱਧੀ ਰਾਤ ਅਜੇ ਗਈ ਆ ਅੱਧੀ ਰਹਿੰਦੀ ਆ ਹੈ। ਫਿਰ ਲਹਿਣਾ ਜੀ ਨੂੰ ਭੇਜਿਆ ਪੁਰਖਾ ਮਹਾਰਾਜ ਕਹਿੰਦੇ ਪੁਰਖਾ ਜਾ ਕੇ ਪਤਾ ਕਰ ਪਹਿਰ ਰਾਤ ਰਹਿੰਦੀ ਆ ਕਿ ਨਹੀਂ ਰਹਿੰਦੀ ਆ। ਬਾਹਰ ਗਏ ਨੇ ਦੇਖ ਕੇ ਆ ਹੱਥ ਜੋੜ ਕੇ ਖੜੇ ਹੋ ਗਏ ਕਿੰਨੀ ਰਾਤ ਗਈ ਆ ਕਿੰਨੀ ਰਹਿੰਦੀ ਆ ਮਹਾਰਾਜ ਜਿੰਨੀ ਤੁਸੀਂ ਬਤਾ ਦਿੱਤੀ ਉਨੀ ਬੀਤ ਗਈ ਜਿੰਨੀ ਤੁਸੀਂ ਰੱਖ ਲਈ ਉਨੀ ਰਹਿ ਗਈ। ਉਹਨਾਂ ਨੇ ਜਾ ਕੇ ਦੱਸਿਆ ਤਾਰੇ ਦਾ ਕਹਿੰਦੇ ਤਾਰਿਆਂ ਦਾ ਮਾਲਕ ਤੇ ਬੈਠਾ ਆ ਤਾਰੇ ਬਣਾਉਣ ਵਾਲਾ ਬੈਠਾ ਸੰਸਾਰ ਬਣਾਉਣ ਵਾਲਾ ਰਾਤਾਂ ਬਣਾਉਣ ਵਾਲਾ ਬੈਠਾ ਆ ਦਿਨ ਬਣਾਉਣ ਵਾਲਾ ਬੈਠਾ ਮੈਂ ਕਿਹਦੇ ਅੱਗੇ ਕਹਾਂ ਕਿੰਨੀ ਰਾਤ ਗਈ ਆ। ਇਹਨੂੰ ਕਹਿੰਦੇ ਹੁਕਮ ਮੰਨੀਏ ਪਾਈ ਇਹ ਬਈ ਪ੍ਰਾਣ ਪਤੀ ਦੇ ਇਹ ਪ੍ਰਾਣ ਦੇ ਪਤੀ ਦੇ ਇਹ ਪਿਆਰ ਦੀ ਨਿਸ਼ਾਨੀ ਆ ਆਪਣੇ ਖਸਮ ਦੇ ਵਿੱਚ ਸਮਾ ਜਾਣਾ। ਅਖੀਰ ਦੀਆਂ ਪੰਗਤੀਆਂ ਜੀ ਮਹਾਰਾਜ ਨੇ ਇਹ ਲਿਖਿਆ ਆ ਗੁਰੂ ਅੰਗਦ ਦੇਵ ਜੀ ਨੇ ਤੇ ਆਪਣੇ ਮੁਰਸ਼ਦ ਦੇ ਵਿੱਚ ਹੀ ਸਮਾ ਜਾਣਾ ਤੇ ਉਹ ਬਈ ਮਹਾਰਾਜ ਕਹਿੰਦੇ ਨੇ ਇਹ ਉਹ ਜਿਹੜੇ ਇਹੋ ਜਿਹੇ ਪਖੰਡੀ ਸਾਧੂ ਨੇ ਉਹਨਾਂ ਮੁੱਲ ਇੱਕ ਰੱਤੀ ਦੀ ਤੇ ਜਿਹੜੇ ਪਿਆਰੇ ਨੇ ਉਹ ਪਿਆਰੇ ਵਿਰਲੇ ਕੋਈ ਵਿਰਲੇ ਕੋਈ ਵਿਰਲੇ ਨੇ ਜਿਹੜੇ ਕਿ ਉਸ ਅਕਾਲ ਪੁਰਖ ਦਾ ਪਿਆਰਾ ਬਣਦਾ। ਉਹ ਅਕਾਲ ਪੁਰਖ ਦਾ ਪਿਆਰਾ ਕਿਸ ਤਰ੍ਹਾਂ ਬਣਦਾ ਬਈ ਆਪਣੀ ਹੋਂਦ ਖਤਮ ਕਰਕੇ ਹਉਮੈ ਖਤਮ ਕਰਕੇ ਹੰਕਾਰ ਖਤਮ ਕਰਕੇ ਜਿਸ ਵੇਲੇ ਹੰਕਾਰ ਖਤਮ ਹੋ ਜਾਂਦਾ ਸ਼ਬਦ ਸੁਰਤ 'ਚ ਲੱਗ ਜਾਂਦੀ ਆ ਉਹ ਕਿਸ ਤਰ੍ਹਾਂ ਹੁੰਦੀ ਆ ਉਹਦੇ ਲਈ ਮਿਹਨਤ ਇਹ ਨਹੀਂ ਵੀ ਐਵੇਂ ਉਹਨਾਂ ਨੇ ਜਨਮਾਂ ਜਨਮਾਂਤਰਾਂ ਦੀ ਮੁਸ਼ਕਤ ਕੀਤੀ ਹੁੰਦੀ ਆ ਕਿਹੜੀ ਮਿਹਨਤ ਕੀਤੀ ਆ ਮਹਾਰਾਜ ਜੋ ਫਰਮਾਉਂਦੇ ਨੇ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ